6.5 ਬੈਂਡ ਆਏ ਹੋਏ ਆ, ਸੋਹਣਾ ਸੁਨੱਖਾ ਮੁੰਡਾ, ਬਾਹਰ ਜਾਣਾ ਸੀਗਾ ਤੇ ਕਿੱਦਾਂ ਫਿਰ ਮਾਈਂਡ 'ਚ ਮਾਈਂਡ ਡਿਵਰਟ ਕਿੱਦਾਂ ਹੋ ਗਿਆ? ਬੈਂਡ ਵੀ ਆਏ ਹੋਏ ਸੀ, ਐਲੀਜੀਬਲ ਵੀ ਪੂਰੇ ਸੀ, ਪਰਦੇਸੀਆਂ ਨੇ 5-5 ਕਰੋੜ, 7-7 10-10 ਕਰੋੜ ਦੀਆਂ ਜਗ੍ਹਾ ਖਰੀਦੀਆਂ ਉਰੇ ਰੇੜੀਆਂ ਲਾ ਕੇ, ਅਤੇ ਅਸੀਂ ਕਿਉਂ ਨਹੀਂ ਕਰ ਸਕਦੇ? ਕੰਮ ਤਾਂ ਦੇਖੋ ਸਾਰੀ ਜਗ੍ਹਾ ਕਰਨਾ ਪੈਂਦਾ, ਸਗੋਂ ਬਾਹਰ ਉਰੇ ਵੱਧ ਮਿਹਨਤ ਬਾਹਰ ਕਰਦੇ ਨੇ ਜੀ ਆਪਣੇ ਮੁੰਡੇ, ਅਤੇ 2-2 ਸ਼ਿਫਟਾਂ ਲਾਉਂਦੇ ਆ, ਸਾਰਾ ਕੁਛ ਕਰਦੇ ਆ, ਰੈਂਟ ਕੱਢਦੇ ਆ, ਜਿੱਦਾਂ ਕਰਕੇ ਭੁੱਖੇ ਭੇਟ ਕੰਮ ਵੀ ਕਰਦੇ ਆ, ਹੈ ਨਾ, ਕਈ ਵਾਰ ਤਾਂ ਰੋਟੀ ਨਸੀਬ ਨਹੀਂ ਹੁੰਦੀ ਉਹਨਾਂ ਨੂੰ। ਸੋ ਜੇ ਇੱਥੇ ਰਹਿ ਕੇ ਕੰਮ ਕਰੀਏ ਤਾਂ ਕਿੰਨਾ ਕੁ ਵਧੀਆ ਰਹੇਗਾ ਉਹ, ਨਾਲੇ ਆਪਣੀ ਫੈਮਿਲੀ ਨੇੜੇ ਆ ਜੀ, ਸਾਰੇ ਯਾਰ ਮਿੱਤਰ ਕੋਲ ਹੁੰਦੇ ਆ, ਜਿਵੇਂ ਮਰਜ਼ੀ ਰਹੋ, ਬਾਹਰ ਜਾ ਕੇ ਆਪਾਂ ਕਿਸੇ ਦੇ ਆਦੀ ਹੋ ਜਾਂਦੇ, ਅੰਗਰੇਜ਼ਾਂ ਦੇ ਆਦੀ ਹੋ ਜਾਂਦੇ, ਹੈ ਨਾ। ਪਹਿਲਾਂ ਜੋ ਸਟਾਰਟਿੰਗ ਕੀਤੀ ਸੀ ਉਦੋਂ 4 ਵਜੇ ਉੱਠਣਾ ਪੈਂਦਾ ਸੀਗਾ ਜੀ, ਅਤੇ ਹੌਲੀ ਹੌਲੀ ਡੇ ਲਾਈਟ ਟਾਈਮਿੰਗ ਸੇਵ ਹੋ ਜਾਂਦੀ ਹੈ, ਸਪੀਡ ਵਾ ਜਾਂਦੀ ਵੀ 6 ਵਜੇ ਉੱਠਦਾ ਵਾ, ਅਤੇ ਆਪਣਾ 9-10 ਕੁ ਵਜੇ ਤੱਕ ਰੈਡੀ ਕਰ ਦਿੰਦਾ ਸਾਰਾ ਕੁਛ, ਸਾਰਾ ਆਪ ਹੀ ਤਿਆਰ ਕਰਦੇ? ਹਾਂ, ਆਪ ਹੀ ਵੀਰੇ, ਆਪ ਹੀ ਰੋਟੀ ਮੰਮਾ ਲਾਉਂਦੇ, ਬਾਕੀ ਆਪ ਹੀ ਬਣਾਈ ਦਾ ਸਾਰਾ ਕੁਛ। ਰਾਜਮਾ ਅਤੇ ਕੜੀ ਦੀ ਰੈਸਪੀ ਮੇਰੀ ਮਦਰ ਦੀ ਹੈ, ਅਤੇ ਦਾਲ ਮੱਖਣੀ ਵਗੈਰਾ ਪਨੀਰ ਬਣਾਉਣਾ ਮੇਰੀ ਖੁਦ ਦੀ ਰੈਸਪੀ ਹੈ। ਮੇਰੀ ਭੈਣ ਤਾਂ ਹੁਣ ਵੀ ਕਹਿੰਦੀ ਹੈ ਯੂ ਤੂੰ ਬਾਹਰ ਆ ਜਾ, ਮੈਂ ਕਹਿੰਦੀ ਮੈਂ ਬਾਹਰ ਘੁੰਮਣ ਆਊਂਗਾ, ਮੈਂ ਕੰਮ ਇੱਥੇ ਹੀ ਰਹਿ ਕੇ ਕਰਨਾ ਵੀ ਆਪਦਾ ਕੰਮ। ਹਾਂਜੀ ਹਾਂਜੀ, ਉਹਨਾਂ ਦਾ ਆਪਦਾ ਕੰਮ ਆ, ਮੇਰੀ ਸਿਸਟਰ ਵਧੀਆ ਉੱਥੇ ਨਰਸ ਆ ਆਪ, ਅਤੇ ਮੇਰੀ ਜੀਜਾ ਜੀ ਦੀ ਆਪਣੀ ਕੰਪਨੀ ਸੀ ਉੱਥੇ। ਆਪਾਂ ਬਾਹਰ ਜਾ ਕੇ ਬਾਹਰਲੇ ਦੇਸ਼ ਦੀ ਉਹਨਾਂ ਦੀ ਇਕੋਨਮੀ ਵਧਾਉਂਦੇ ਹਾਂ, ਕਿਉਂ ਨਾ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਮੇਰਾ ਪ੍ਰੋਸੈਸਿੰਗ ਵਗੈਰਾ ਸਾਰਾ ਮੈਂ ਕਰ ਰਿਹਾ ਸੀ ਆਪਣਾ, ਬਟ ਐਨ ਮੌਕੇ 'ਤੇ ਮੇਰਾ ਇੱਕ ਕਹਿ ਲਓ ਅਕਲ ਹੀ ਆਈ ਹੈ ਮੈਨੂੰ ਵੀ ਬਾਹਰ ਨਹੀਂ ਜਾਣਾ, ਵੀ ਆਪਣੇ ਦੇਸ਼ 'ਚ ਰਹਿ ਕੇ ਕੰਮ ਕਰੋ, ਪੰਜਾਬ 'ਚ ਰਹਿ ਕੇ ਕੰਮ ਕਰੋ। ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ। ਦੋਸਤੋ, ਲੁਧਿਆਣੇ ਵਿੱਚ ਆਏ ਹਾਂ, ਅੱਜ ਬਾਈ ਦੇ ਕੋਲ ਖੜੇ ਹਾਂ, ਬਾਈ ਇੰਸਟਾਗ੍ਰਾਮ 'ਤੇ ਕਾਫੀ ਫੇਮਸ ਆ ਉੱਦਾਂ, ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਹਾਲ ਨੇ ਤੁਹਾਡੇ? ਵਧੀਆ ਵੀਰੇ, ਤੁਸੀਂ ਸੁਣਾਓ ਜੀ। ਕੀ ਨਾਮ, ਕੀ ਹੈ ਭਰਾ ਤੁਹਾਡਾ? ਬਾਵਾ ਨਾਮ ਹੈ ਵੀਰੇ। ਹਾਂਜੀ, ਅਤੇ ਬਾਵਾ ਜੀ ਬੜੇ ਵਧੀਆ ਘਰੋਂ ਲੱਗਦੇ ਉੱਦਾਂ, ਸੋਹਣੇ ਸੁਨੱਖੇ ਬਹੁਤ ਹੋ, ਹੈ ਕੁੜੀਆਂ ਵੀ ਕਈ ਮਰਦੀਆਂ ਹੋਣਗੀਆਂ, ਪਰ ਸੜਕ 'ਤੇ ਖੜ੍ਹ ਕੇ ਆਹ ਕੰਮ ਕਰ ਰਹੇ ਹੋ, ਕੋਈ ਟੋਕਦਾ ਨਹੀਂ, ਕੋਈ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਹੋਣਗੀਆਂ? ਹਾਂਜੀ, ਬਟ ਇੱਦਾਂ ਵਾ, ਜਦੋਂ ਮੈਂ ਕੰਮ ਸਟਾਰਟ ਕੀਤਾ ਵਾ, ਜ਼ਿਆਦਾ ਤਾਂ ਮੈਨੂੰ ਐਪਰੀਸ਼ੀਏਟ ਹੀ ਕੀਤਾ ਸਾਰਿਆਂ ਨੇ, ਮੇਰੀ ਫੈਮਿਲੀ ਨੇ, ਮੇਰੇ ਦੋਸਤਾਂ ਨੇ, ਜਿਹੜੇ ਬਾਹਰ ਬੈਠੇ ਮੇਰੇ ਦੋਸਤ, ਜਿੰਨੇ ਵੀ ਕਸਟਮਰ ਆਉਂਦੇ, ਸਾਰਿਆਂ ਨੇ ਮੋਸਟਲੀ ਮੈਨੂੰ 99% ਮੈਨੂੰ ਐਪਰੀਸ਼ੀਏਟ ਹੀ ਕੀਤਾ ਆ, ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਵਾਂ, ਅਤੇ ਉਹੀ ਮੇਰੀ ਬਹੁਤ ਵੱਡੀ ਸਪੋਰਟ ਆ ਜੀ ਮੈਨੂੰ, ਜਿਹੜਾ ਮੈਨੂੰ ਸਪੋਰਟ, ਹਾਂ, ਜੋ ਮੈਨੂੰ ਪੁਸ਼ ਕਰਦੀ ਅੱਗੇ ਵਧਣ ਲਈ ਨਾ, ਅਤੇ ਬਹੁਤ ਵਧੀਆ ਆ। ਬਈ ਇੱਕ ਗੱਲ ਆ, ਅੱਜ ਕੱਲ੍ਹ ਤਾਂ ਸਾਰੀ ਪੀੜ੍ਹੀ ਦੇਖ ਲਈਏ, ਨਵੀਂ ਪੀੜ੍ਹੀ 12ਵੀਂ ਟੱਪਦੀ ਨਹੀਂ, ਆਈਲੈਟਸ ਸੈਂਟਰ ਵੜ ਜਾਂਦੀ ਹੈ, ਹੈ ਨਾ, ਵੀਜ਼ਾ ਲਵਾਈਏ ਅਤੇ ਚੱਲੀਏ, ਅਤੇ ਦਿਮਾਗ 'ਚ ਆਇਆ ਸੀ ਖਿਆਲ ਇਹ ਕਿਹਾ? ਹਾਂਜੀ ਹਾਂਜੀ ਵੀਰੇ, ਮੈਂ ਵੀ ਬਾਹਰ ਹੀ ਜਾਣਾ ਸੀਗਾ, ਮੇਰਾ ਪ੍ਰੋਸੈਸਿੰਗ ਵਗੈਰਾ ਸਾਰਾ ਮੈਂ ਕਰ ਰਿਹਾ ਸੀ ਆਪਣਾ, ਬਟ ਐਨ ਮੌਕੇ 'ਤੇ ਮੇਰਾ ਇੱਕ ਕਹਿ ਲਓ ਅਕਲ ਹੀ ਆਈ ਹੈ ਮੈਨੂੰ ਵੀ ਬਾਹਰ ਨਹੀਂ ਜਾਣਾ, ਵੀ ਆਪਣੇ ਦੇਸ਼ 'ਚ ਰਹਿ ਕੇ ਕੰਮ ਕਰੋ, ਪੰਜਾਬ 'ਚ ਰਹਿ ਕੇ ਕੰਮ ਕਰੋ। ਆਪਾਂ ਬਾਹਰ ਜਾ ਕੇ ਬਾਹਰਲੇ ਦੇਸ਼ ਦੀ ਉਹਨਾਂ ਦੀ ਇਕੋਨਮੀ ਵਧਾਉਂਦੇ ਹਾਂ, ਕਿਉਂ ਨਾ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਸੋ ਇਹ ਕਿੱਦਾਂ ਦਾ ਰਹੇਗਾ ਵੀ ਮੈਂ ਫਿਰ ਤਾਂ ਕਰਕੇ ਆਪਣਾ ਇੱਕ ਸਟੈਪ ਲਿਆ ਉੱਥੇ ਉਰੇ, ਅਤੇ ਆਪਣਾ ਜੋ ਵੀ ਜਿੰਨਾ ਕੁ ਮੈਂ ਹੋ ਸਕਿਆ ਮੈਂ ਆਪਣਾ ਸੈਟਅਪ ਕੀਤਾ ਖੁਦ ਦਾ, ਅਤੇ ਆਪਣਾ ਇੱਥੇ ਬਿਜ਼ਨਸ ਕਰ ਰਿਹਾ ਸ਼ੁਰੂ, ਅਤੇ ਬਹੁਤ ਵਧੀਆ। ਪਹਿਲਾਂ ਫਿਰ ਤੁਸੀਂ ਕੀ ਕਰਦੇ ਸੀਗੇ, ਮਤਲਬ ਆਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ? ਮੇਰੇ 4-5 ਮਹੀਨੇ ਹੋ ਗਏ, ਅਤੇ ਆਇਲਸ ਕੀਤੀ ਸੀਗੀ ਮੈਂ ਪਹਿਲਾਂ, ਆਇਲਸ ਕੀਤੀ ਉਹਦੇ ਪੇਪਰ ਤੱਕ ਲਈ ਬੈਂਡ ਆਏ ਹੋਏ, 6.5 ਬੈਂਡ ਸੀਗੇ ਮੇਰੇ, 6.5 ਬੈਂਡ ਸੀ। ਹਾਂਜੀ ਹਾਂਜੀ, ਤਾਂ ਮੈਂ ਆਪਣਾ ਬਾਅਦ 'ਚ ਕਰਤਾ ਵੀ ਮੈਂ ਜਾਣਾ ਨੀਗਾ ਬਾਹਰ, ਵੀ ਇੱਥੇ ਰਹਿ ਕੇ ਕੰਮ ਕਰੂੰਗਾ, ਅਤੇ ਫਿਰ ਮੈਂ ਰੈਸਟੋਰੈਂਟ 'ਚ ਵੀ ਜੋਬ ਕੀਤੀ 2 ਸਾਲ, ਅਤੇ ਬਹੁਤ ਵਧੀਆ ਵਾ। ਬਾਕੀ ਇੱਥੇ ਤਾਂ ਮੈਂ ਕਰਕੇ ਮੈਨੂੰ ਥੋੜ੍ਹਾ ਬਹੁਤ ਆਉਂਦਾ ਸੀਗਾ ਬਣਾਉਣਾ, ਅਤੇ ਜਿਹੜੀ ਰਾਜਮਾਂਹ ਅਤੇ ਕੜੀ ਦੀ ਰੈਸਪੀ ਮੇਰੀ ਮਦਰ ਦੀ ਹੈ, ਅਤੇ ਦਾਲ ਮੱਖਣੀ ਵਗੈਰਾ ਪਨੀਰ ਬਣਾਉਣਾ ਮੇਰੀ ਖੁਦ ਦੀ ਰੈਸਪੀ ਹੈ। ਬਾਈ ਬਣਾਉਂਦੇ ਕੀ ਹੋ ਹੁਣ ਤੁਸੀਂ ਇੱਥੇ? ਆਪਣੇ ਕੋਲ ਕੜੀ ਹੁੰਦੀ ਹੈ ਜੀ, ਰਾਜਮਾਂਹ, ਦਾਲ ਮੱਖਣੀ, ਕੜਾਹੀ ਪਨੀਰ, ਪਾਲਕ ਪਨੀਰ, ਰੋਟੀ, ਰਾਈਸ, ਸਭ ਹੁੰਦਾ। ਬਾਈ ਕਿੰਨੇ ਵਜੇ ਉੱਠ ਕੇ ਫਿਰ ਸਾਰਾ ਸਮਾਨ ਤਿਆਰ ਕਰ? 5 ਵਜੇ, ਪਹਿਲਾਂ ਜੋ ਸਟਾਰਟਿੰਗ ਕੀਤੀ ਸੀ ਉਦੋਂ 4 ਵਜੇ ਉੱਠਣਾ ਪੈਂਦਾ ਸੀਗਾ ਜੀ, ਫਿਰ ਹੌਲੀ ਹੌਲੀ ਡੇ ਲਾਈਟ ਟਾਈਮਿੰਗ ਸੇਵ ਹੋ ਜਾਂਦੀ ਹੈ, ਸਪੀਡ ਵਾ ਜਾਂਦੀ ਵੀ 6 ਵਜੇ ਉੱਠਦਾ ਵਾਂ,
ਤੇ ਆਪਣਾ 9-10 ਵਜੇ ਤੱਕ ਰੈਡੀ ਕਰ ਦਿੰਦਾ ਸਾਰਾ ਕੁਛ। ਸਾਰਾ ਆਪ ਹੀ ਤਿਆਰ ਕਰ ਦਿੰਦਾ? ਆਪ ਹੀ ਵੀਰੇ, ਆਪ ਹੀ ਰੋਟੀ ਮੰਮਾ ਲਾਉਂਦੇ, ਬਾਕੀ ਆਪ ਹੀ ਬਣਾਈਦਾ ਸਾਰਾ ਕੁਛ। ਤੇ ਬਾਈ 6.5 ਬੈਂਡ ਆਏ ਹੋਏ ਆ, ਸੋਹਣਾ ਸੁਨੱਖਾ ਮੁੰਡਾ, ਬਾਹਰ ਜਾਣਾ ਸੀਗਾ ਤੇ ਕਿੱਦਾਂ ਫਿਰ ਮਾਈਂਡ 'ਚ ਮਾਈਂਡ ਡਿਵਰਟ ਕਿੱਦਾਂ ਹੋ ਗਿਆ? ਬੈਂਡ ਵੀ ਆਏ ਹੋਏ ਸੀ, ਐਲੀਜੀਬਲ ਵੀ ਪੂਰੇ ਸੀ, ਕਿੱਦਾਂ ਮਾਈਂਡ ਡਿਵਰਟ ਹੋ ਗਿਆ ਵੀ ਨਹੀਂ ਯਾਰ ਹੁਣ ਨਹੀਂ ਜਾਣਾ? ਵੀਰੇ ਇੱਦਾਂ ਸੀ ਨਾ ਵੀ ਸ਼ੁਰੂ ਤੋਂ ਹੀ ਮੇਰਾ ਮਾਈਂਡ ਸੈਟ ਵੀ ਮੈਂ ਬਿਜ਼ਨਸ ਕਰਨਾ, ਵੀ ਮੈਂ ਨੌਕਰੀ ਨਹੀਂ ਕਰਨੀ। ਮੈਂ ਵੀ ਇਹ ਸੋਚਦਾ ਸੀ ਵੀ ਬਾਹਰ ਜਾ ਕੇ ਵੀ ਪਹਿਲਾਂ ਕੰਮ ਕਰਾਂਗੇ, ਪੈਸੇ ਜੋੜ ਕੇ, 4 ਪੈਸੇ ਜੋੜ ਕੇ ਕੱਲ੍ਹ ਨੂੰ ਆਪਣੇ ਇੰਡੀਆ ਦੇ ਵਿੱਚ ਕੰਮ ਖੋਲ੍ਹ ਲਾਂਗੇ ਕੋਈ, ਫਿਰ ਜੇ ਜਾ ਕੇ ਪੈਸੇ ਕਮਾ ਕੇ ਫਿਰ ਵਾਪਸ ਇੰਡੀਆ 'ਚ ਆ ਕੇ ਕੋਈ ਕੰਮ ਕਰਨਾ। ਲੋਕ ਮੋਸਟਲੀ ਇੱਦਾਂ ਹੀ ਕਰਦੇ ਆ, ਲੋਕ ਮੋਸਟਲੀ ਬਾਹਰੋਂ ਪੈਸੇ ਕਮਾ ਕੇ ਇੰਡੀਆ 'ਚ ਇਨਵੈਸਟ ਕਰਦੇ, ਘਰ ਖਰੀਦਦੇ, ਹੈ ਨਾ? ਵੀ ਆਪਾਂ ਇੱਥੇ ਰਹਿ ਕੇ ਕਿਉਂ ਨਹੀਂ ਕਰ ਸਕਦੇ? ਜੇ ਬਾਹਰਲੇ ਪ੍ਰਦੇਸੀ ਆ ਕੇ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਪ੍ਰਦੇਸੀਆਂ ਨੇ 5-5 ਕਰੋੜ, 7-7, 10-10 ਕਰੋੜ ਦੀਆਂ ਜਗ੍ਹਾ ਖਰੀਦੀਆਂ ਉਰੇ ਰੇਹੜੀਆਂ ਲਾ ਕੇ, ਅਤੇ ਅਸੀਂ ਕਿਉਂ ਨਹੀਂ ਕਰ ਸਕਦੇ? ਅਤੇ ਬਾਈ ਇੱਦਾਂ ਹੋਇਆ ਵੀ ਕੋਈ ਯਾਰ ਦੋਸਤ ਬਾਹਰ ਗਿਆ ਹੋਵੇ ਤੁਹਾਡਾ, ਅਤੇ ਠੀਕ ਆ, ਉਹਦਾ ਹਾਲ ਦੇਖਿਆ ਹੋਵੇ ਬਾਹਰ, ਕਿਉਂਕਿ ਅੱਜ ਕੱਲ੍ਹ ਹਾਲਾਤ ਬਹੁਤ ਬੁਰੇ ਨੇ, ਇਹ ਵੀ ਦਿਮਾਗ 'ਚ ਆਇਆ ਸੀ ਕੋਈ? ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਮੇਰੇ ਫਰੈਂਡ ਸਰਕਲ ਬਾਹਰ ਹੀ ਆ, ਮੇਰਾ ਇੱਕ ਫਰੈਂਡ ਬਾਹਰੋਂ ਆਇਆ ਸੀਗਾ, ਜਦੋਂ ਮੈਂ ਦੇਖਿਆ ਵੀ ਨਹੀਂ ਯਾਰ ਵੀ ਮੈਂ ਬਾਹਰ ਨਹੀਂ ਜਾਣਾ, ਵੀ ਮੈਂ ਉਰੇ ਹੀ ਠੀਕ ਹਾਂ, ਵੀ ਕੰਮ ਤਾਂ ਦੇਖੋ ਸਾਰੀ ਜਗ੍ਹਾ ਕਰਨਾ ਪੈਂਦਾ, ਸਗੋਂ ਬਾਹਰ ਉਰੇ ਵੱਧ ਮਿਹਨਤ ਬਾਹਰ ਕਰਦੇ ਨੇ ਜੀ ਆਪਣੇ ਮੁੰਡੇ, ਅਤੇ 2-2 ਸ਼ਿਫਟਾਂ ਲਾਉਂਦੇ ਆ, ਸਾਰਾ ਕੁਛ ਕਰਦੇ ਆ, ਰੈਂਟ ਕੱਢਦੇ ਆ, ਜਿੱਦਾਂ ਕਰਕੇ ਭੁੱਖੇ ਭੇਟ ਕੰਮ ਵੀ ਕਰਦੇ ਆ, ਹੈ ਨਾ? ਕਈ ਵਾਰ ਤਾਂ ਰੋਟੀ ਨਸੀਬ ਨਹੀਂ ਹੁੰਦੀ ਉਹਨਾਂ ਨੂੰ, ਸੋ ਜੇ ਇੱਥੇ ਰਹਿ ਕੇ ਕੰਮ ਕਰੀਏ ਕਿ ਉਹਨਾਂ ਕਿੰਨਾ ਕੁ ਵਧੀਆ ਰਹੇਗਾ ਉਹ, ਔਰ ਨਾਲੇ ਆਪਣੀ ਫੈਮਿਲੀ ਨੇੜੇ ਆ ਜੀ, ਸਾਰੇ ਯਾਰ ਮਿੱਤਰ ਕੋਲ ਹੁੰਦੇ ਆ, ਜਿਵੇਂ ਮਰਜ਼ੀ ਰਹੋ, ਬਾਹਰ ਜਾ ਕੇ ਆਪਾਂ ਕਿਸੇ ਦੇ ਆਦੀ ਹੋ ਜਾਂਦੇ ਹਾਂ, ਅੰਗਰੇਜ਼ਾਂ ਦੇ ਆਦੀ ਹੋ ਜਾਂਦੇ ਹਾਂ, ਹੈ ਨਾ? ਜਿਵੇਂ ਕੰਮ ਕਰਨਾ ਹੀ ਪੈਣਾ, ਮਜਬੂਰੀ ਆ, ਤੁਸੀਂ ਬਿਮਾਰ ਹੋ, ਟਮਾਰ ਹੋ, ਜੋ ਵੀ ਹੋ, ਤੁਹਾਡੇ ਕੋਲ 7 ਵੱਜੀ ਆ, ਕੁਛ ਵੀ ਆ, ਤੁਹਾਨੂੰ ਕੰਮ 'ਤੇ ਜਾਣਾ ਹੀ ਪੈਣਾ, ਮਜਬੂਰੀ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ ਜੀ ਉੱਥੇ। ਬਈ ਇੱਕ ਗੱਲ ਦੇਖਿਆ ਸੀ ਤੁਹਾਡੇ ਕੋਲ, ਹੁਣ ਖਾ ਕੇ ਹਟਿਆ ਕੜੀ ਚਾਵਲ ਵੀ, ਕੁਆਲਿਟੀ ਬਹੁਤ ਆ ਤੁਹਾਡੇ ਫੂਡ 'ਚ, ਹੈ ਨਾ? ਬਾਕੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ, ਜਦੋਂ ਸ਼ੁਰੂ ਕੀਤਾ ਸੀ ਉਦੋਂ ਵੀ ਆਹੀ ਕੁਆਲਿਟੀ ਦਿੰਦੇ ਸੀ? ਹਾਂਜੀ ਵੀਰੇ, ਆਪਾਂ ਕੁਆਲਿਟੀ ਹੀ ਮੇਨਟੇਨ ਕੀਤੀ ਹੋਈ ਆ, ਮੇਨ ਕੁਆਲਿਟੀ ਆ, ਜਿੰਨਾ ਆਪਾਂ, ਮੇਰੀ ਸੋਚ ਇੱਦਾਂ ਵਾ ਜਿੰਨਾ ਵੀ ਵਧੀਆ ਆਪਾਂ ਲੋਕਾਂ ਨੂੰ ਖਵਾਵਾਂਗੇ ਓਨਾ ਹੀ ਪਰਮਾਤਮਾ ਖੁਸ਼ ਹੋਏਗਾ। ਆਪਾਂ ਐਵੇਂ ਬੇਈਮਾਨੀ ਕਰੀਏ ਵੀ ਹਾਂ ਵੀ ਇੱਦਾਂ ਕਰਕੇ ਵੀ ਚਾਵਲ ਆਪਾਂ ਸਸਤੇ ਵਰਤ ਲਈਏ, ਵੀ ਕੱਲ੍ਹ ਨੂੰ ਇਹ ਕਸਟਮਰ ਨੂੰ ਆ ਦੇ ਦੇ, ਕਿਉਂਕਿ ਅੱਜ ਕੱਲ੍ਹ ਦੇਖੋ ਕਸਟਮਰ ਨੂੰ ਇੰਨਾ, ਕਸਟਮਰ ਵੀ ਸਿਆਣੇ ਆ, ਸਾਰੇ ਸਿਆਣੇ ਆ, ਬਸ ਇਹ ਆ ਵੀ ਤੁਸੀਂ ਵਧੀਆ ਖਵਾਓ। ਇੱਕ ਤਾਂ ਮੈਨੂੰ ਸ਼ੌਂਕ ਹੈ ਜੀ ਕੰਮ ਕਰਨ ਦਾ, ਹੈ ਨਾ? ਮੈਨੂੰ ਕੁਕਿੰਗ ਦਾ ਸ਼ੌਂਕ ਆ, ਤਾਂ ਮੈਂ ਸ਼ੌਂਕੀਆਂ ਤੌਰ 'ਤੇ ਕੰਮ ਕਰਦਾ ਹਾਂ, ਕੰਮ ਕਰਨ ਹੋਰ ਵੀ ਸੀਗੀ, ਜੋਬ ਵੀ ਸੀਗੀ, ਸਭ ਕੁਛ। ਮੈਂ ਮੇਰੇ ਪਾਪਾ ਹੌਜ਼ਰੀ ਲਾਈਨ 'ਚ ਆ, ਉਹ ਮੈਨੂੰ ਕਿਤੇ ਫੈਕਟਰੀ 'ਚ ਜੋਬ ਕਰਵਾ ਸਕਦੇ ਸੀ, ਹੈ ਨਾ? ਅਤੇ ਬਟ ਮੈਨੂੰ ਕੁਕਿੰਗ ਦਾ ਸ਼ੌਂਕ ਸੀਗਾ ਸ਼ੁਰੂ ਤੋਂ ਹੀ, ਤਾਂ ਮੈਂ ਆਪਣਾ ਲੈ ਕੇ ਆਇਆ ਵੀ ਵਧੀਆ ਖਾਣਾ ਖਵਾਵਾਂ। ਹਾਂਜੀ, ਅਤੇ ਬਾਈ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਬਾਹਰ ਸਿਸਟਰ ਹੁਣੀ ਵੀ ਹੈਗੇ ਨੇ, ਹੈ ਨਾ, ਅਤੇ ਜੀਜਾ ਜੀ ਵੀ ਤੁਹਾਡਾ ਵਧੀਆ ਬਿਜ਼ਨਸ ਸੈੱਟ ਸੀਗੇ, ਫਿਰ ਉਹਨਾਂ ਨੇ ਨਹੀਂ ਕਿਹਾ ਤੁਹਾਨੂੰ ਫੋਰਸ ਕੀਤਾ? ਉਹ ਤਾਂ ਕਹਿੰਦੇ ਸੀਗੇ, ਉਦੋਂ ਮੇਰੀ ਭੈਣ ਤਾਂ ਹੁਣ ਵੀ ਕਹਿੰਦੀ ਹੈ ਜੀ ਤੂੰ ਬਾਹਰ ਆ ਜਾ, ਮੈਂ ਕਿਹਾ ਨਹੀਂ ਮੈਂ ਬਾਹਰ ਘੁੰਮਣ ਆਊਂਗਾ, ਮੈਂ ਕੰਮ ਇੱਥੇ ਹੀ ਰਹਿ ਕੇ ਕਰਨਾ। ਵੀ ਆਪਦਾ ਕੰਮ? ਹਾਂਜੀ ਹਾਂਜੀ, ਉਹਨਾਂ ਦਾ ਆਪਦਾ ਕੰਮ ਆ, ਮੇਰੀ ਸਿਸਟਰ ਵਧੀਆ ਉੱਥੇ ਨਰਸ ਆ ਆਪ, ਅਤੇ ਵੀਰੇ ਜੀਜਾ ਜੀ ਦੀ ਆਪਣੀ ਕੰਪਨੀ ਸੀ ਉੱਥੇ, ਅਤੇ ਮੈਂ ਕਿਹਾ ਮੈਂ ਨਹੀਂ ਬਾਹਰ ਆਉਣਾ। ਆਪਣੀ ਕੰਪਨੀ 'ਚ ਬੁਲਾਉਂਦੇ ਸੀ? ਹਾਂਜੀ ਹਾਂਜੀ, ਉਹਦੇ ਥਰੂ ਕਰਦੇ ਵੀ ਤੂੰ ਬਾਹਰ ਆ ਜਾ ਬਾਨੇ ਸਿਰ, ਮੈਂ ਨਹੀਂ ਮੈਂ ਨਹੀਂ ਆਉਣਾ। ਕਿਹੜੀ ਜਗ੍ਹਾ ਨੇ ਉਹ? ਆਸਟ੍ਰੇਲੀਆ 'ਚ ਸਿਡਨੀ ਦੇ ਵਿੱਚ। ਆਸਟ੍ਰੇਲੀਆ ਸਿਡਨੀ? ਹਾਂਜੀ ਹਾਂਜੀ। ਪੀਆਰ ਨਹੀਂ ਪੱਕੇ ਉੱਧਰਲੇ? ਸਗੋਂ ਜਿਹੜੀ ਮੇਰੇ ਹੁਣ ਸਿਸਟਰ ਉਹ ਤਾਂ ਵਾਪਸ ਆ ਗਏ ਆਸਟ੍ਰੇਲੀਆ ਛੱਡ ਕੇ। ਅੱਛਾ, ਚੀਜ਼ਾਂ ਹੀ ਵੀ ਮੇਰੇ ਵਾਪਸ ਆ ਗਏ। ਕੀ ਵਜ੍ਹਾ ਕੀ ਬਣੀ? ਬਸ ਆਪਣੇ ਇੱਥੇ ਰਹਿ ਕੇ ਕੰਮ ਕਰਾਂਗੇ। ਮਤਲਬ ਤੂੰ 4 ਪੈਸੇ ਕਮਾ ਲਏ ਵੀ ਹੁਣ ਇੱਧਰ ਇਨਵੈਸਟ ਕਰਨਗੇ? ਨਹੀਂ ਨਹੀਂ, ਇੱਥੋਂ ਪਹਿਲਾਂ ਹੀ ਫਾਈਨੈਂਸ਼ਲੀ ਗੁੱਡ ਸੀਗੇ। ਅੱਛਾ, ਵਧੀਆ ਗੁੱਡ। ਹਾਂਜੀ ਹਾਂਜੀ, ਤਾਂ ਹੀ ਉਹ ਕਹਿੰਦੇ ਵੀ ਉੱਥੇ ਆ ਕੇ ਜੇ ਇੱਥੇ ਸਾਰਾ ਕੁਛ ਹੈਗਾ ਵਧੀਆ, ਕਾਹਨੂੰ ਉੱਥੇ ਕੰਮ ਕਰੀ ਜਾਂਦੇ? ਸਪੋਰਟ ਵਧੀਆ ਵਾ, ਤਾਂ ਹੀ ਮੈਂ ਇੰਨਾ ਅੱਗੇ ਪੁਸ਼ ਹੋ ਰਿਹਾ ਮੈਨੂੰ, ਹੈ ਨਾ? ਤਾਂ ਵਧੀਆ ਆ ਸਭ। ਜਿੱਦਾਂ ਇਹ ਹੁੰਦਾ ਨਾ, ਹੁਣ ਮੰਨ ਲਓ ਆਪਾਂ ਇੱਥੇ ਤੁਸੀਂ ਲਾਇਆ ਹੋਇਆ ਵਾ ਨਾ ਜੋ ਵੀ ਆ, ਅਤੇ ਕੋਈ ਕਿਸੇ ਨੇ ਤੰਗ ਕੀਤਾ ਹੋਵੇ ਬਈ ਤੁਹਾਡੀ ਪਰਚੀ ਕਟਾਉਣੀ ਪੈਣੀ ਆ, ਜਾਂ ਕੋਈ ਕਹਿ ਦਿੰਦਾ ਬਈ ਇੱਥੋਂ ਚੱਕ ਲਾ, ਇੱਦਾਂ ਹੁੰਦਾ? ਇੱਦਾਂ ਦੀ ਕੋਈ ਪ੍ਰੋਬਲਮ ਨਹੀਂ? ਇੱਦਾਂ ਤਾਂ ਮਾੜੀ ਮੋਟੀ ਚਲੋ ਆਉਂਦੀ ਆ ਨਾ, ਲਾਈਫ ਜ਼ਿੰਦਗੀ ਆ, ਬਹੁਤ ਕੁਛ ਹੁੰਦਾ ਵਾ, ਇੱਦਾਂ ਕਾਰਪੋਰੇਸ਼ਨ ਦਾ ਵੀ ਕਹਿੰਦੇ ਚਲੋ ਪਰਚੀ ਕਰਾਉਣੀ ਪੈਣੀ ਆ, ਉੱਦਾਂ ਕੋਈ ਲੰਘਦਾ ਵੜਦਾ ਵੀ ਕਰ ਜਾਂਦਾ, ਠੀਕ ਹੈ ਵੀਰੇ? ਅਤੇ ਉਹ ਠੀਕ ਆ, ਪਰ ਮਾੜੀ ਮੋਟੀ ਚੱਲਦੀ ਰਹਿੰਦੀ ਆ, ਹੁਣ ਕੋਈ ਵਿੱਚ ਖਾ ਵੀ ਲੈਂਦੇ ਖਾਰ, ਤੰਗ ਜਿਹਾ ਕਰਦੇ ਸੀਗੇ ਵੀ ਇੱਥੇ ਨਹੀਂ ਖੜਨਾ, ਜੇ ਨਹੀਂ, ਬਟ ਮੇਰੇ ਕਸਟਮਰ ਨੇ, ਜਿਹੜੇ ਮੇਰੇ ਕਸਟਮਰ ਨੇ, ਸਾਰੇ ਲੰਘਦੇ ਵੜਦੇ ਲੋਕਾਂ ਨੇ ਸਾਰੇ ਖੜ੍ਹ ਗਏ,
ਕਹਿੰਦੇ ਨਹੀਂ ਮੁੰਡਾ ਤਾਂ ਇੱਥੇ ਖੜੂਗਾ, ਕੋਈ ਵੀ ਗੱਲ ਆ ਸਾਡੇ ਨਾਲ ਕਰੋ, ਵੀ ਪੰਜਾਬ 'ਚ ਰਹਿ ਕੇ ਮੁੰਡੇ ਪੰਜਾਬ 'ਚ ਕੰਮ ਕਰ ਰਿਹਾ, ਵੀ ਤੁਸੀਂ ਲੋਕ ਕਰਨ ਕਿਉਂ ਨਹੀਂ ਦੇ ਰਹੇ? ਅਤੇ ਤੁਸੀਂ ਕਹਿੰਦੇ ਹੋ ਵੀ ਲੋਕ ਬਾਹਰ ਜਾ ਰਹੇ ਆ, ਮੁੰਡੇ ਬਾਹਰ ਜਾ ਰਹੇ ਆ, ਇੱਥੇ ਰਹਿ ਕੇ ਕੰਮ ਨਹੀਂ ਕਰ ਰਹੇ, ਜੇ ਕਿਹੜਾ ਕਰ ਰਹੇ ਉਹਨੂੰ ਤੁਸੀਂ ਕਰਨ ਨਹੀਂ ਦਿੰਦੇ? ਹਾਂਜੀ, ਅਤੇ ਬਹੁਤ ਸਪੋਰਟ ਹੈ, ਸਾਰੇ ਬਹੁਤ ਪਿਆਰ ਕਰਦੇ ਆ ਜੀ। ਹਾਂਜੀ ਹਾਂਜੀ, ਫਿਰ ਬਾਈ ਜਦੋਂ ਇੱਦਾਂ ਦਾ ਪਿਆਰ ਮਿਲਦਾ ਫਿਰ ਹੌਸਲਾ ਹੋਰ ਮਿਲਦਾ ਹੋਣਾ ਨਾ, ਵੀ ਚੱਲ ਕੰਮ ਕਰੀਏ। ਹਾਂਜੀ, ਉਹੀ ਤਾਂ ਗੱਲ ਹੈ, ਸਵੇਰੇ ਕਿੱਥੇ 10 ਵਜੇ ਉੱਠਦੇ ਹੁੰਦੇ ਸੀਗੇ, ਹੁਣ ਉਹੀ ਸਪੋਰਟ, ਪਹਿਲਾਂ ਰੂਟੀਨ ਹੋਰ ਸੀ, ਫਿਰ ਹੋਰ ਸੀਗੀ, ਸਵੇਰੇ ਉੱਠਣਾ 9-10 ਵਜੇ ਉੱਠਣਾ, ਉੱਠ ਕੇ ਆਪਣਾ 11 ਵਜੇ ਜਿੰਮ ਚਲੇ ਜਾਣਾ, ਜਿੰਮ ਤੋਂ ਆਉਣਾ, ਡਾਇਟ ਵਗੈਰਾ ਖਾਣੀ, ਹੈ ਨਾ। ਬਸ ਜਿਸ ਟਾਈਮ ਮੈਂ ਥੋੜ੍ਹਾ ਵਿਹਲਾ ਰਿਹਾ ਜਦੋਂ, ਅਤੇ ਫਿਰ ਜਦੋਂ ਮਾਇੰਡਸੈਟ ਬਣਾਇਆ ਵੀ ਯਾਰ ਆਪਣਾ ਕੰਮ ਕਰਨਾ ਆ, ਅਤੇ ਹੁਣ 6 ਵਜੇ ਉੱਠ ਜਾਈਦਾ, ਹੁਣ 6 ਵਜੇ ਉੱਠ ਜਾਈਦਾ, ਪ੍ਰੋਬਲਮ ਨਹੀਂ ਆਉਂਦੀ 6 ਵਜੇ? ਨਹੀਂ ਜੀ, ਆਪੇ 5 ਵਜੇ ਜਾ ਖੁੱਲ ਜਾਂਦੀ ਆ। ਇੱਥੇ ਕਿੰਨੇ ਤੋਂ ਕਿੰਨੇ ਟਾਈਮ ਤੱਕ ਹੁੰਦੇ ਹੋ? ਉਰੇ ਵੀਰੇ ਜਿਵੇਂ ਗਰਮੀਆਂ 'ਚ ਮੈਂ 11:30 ਆਉਂਦਾ ਸੀਗਾ, ਹੁਣ ਜਿਵੇਂ ਸਰਦੀਆਂ ਹੁਣ ਮੈਂ 12 ਵਜੇ ਆਉਂਦਾ ਹਾਂ, 12 ਵਜੇ ਤੋਂ 4:30-4:30 ਤੱਕ। ਕਈ ਵਾਰੀ ਇੰਨਾ ਹੁੰਦਾ ਵੀ 3:30 ਵਜੇ ਚਲਾ ਜਾਣਾ, ਸਮਾਨ ਖਤਮ ਹੋ ਜਾਂਦਾ ਵਾ। ਹਾਂਜੀ ਹਾਂਜੀ, ਅਤੇ ਬਾਈ ਕੀ ਹੁੰਦਾ ਆਪਣੇ ਕੋਲ, ਇੱਕ ਵਾਰ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ, ਜੇ ਖਾਣ ਲਈ ਆਉਣਾ ਕਿੱਥੇ ਪਏਗਾ, ਉਹ ਵੀ ਐਡਰੈਸ ਵੀ ਜ਼ਰੂਰ। ਕੜੀ ਹੁੰਦੀ ਹੈ ਜੀ ਰਾਜਮਾਂਹ, ਦਾਲ ਮੱਖਣੀ ਹੁੰਦੀ ਹੈ, ਅਤੇ ਦਾਲ ਮੱਖਣੀ ਜਿਹੜੀ ਆਪਾਂ ਬਣਾਉਂਦੇ ਹਾਂ ਇਹ ਏਰੀਆ 'ਚ ਤੁਹਾਨੂੰ ਕਿਤੇ ਨਹੀਂ ਮਿਲਣੀ। ਅੱਛਾ। ਹਾਂਜੀ ਹਾਂਜੀ, ਅਤੇ ਰਾਜਮਾਂਹ, ਰਾਈਸ, ਆਪਣਾ ਰੋਟੀ ਹੁੰਦੀ ਹੈ, ਅਤੇ ਰੋਟੀ ਵੀ ਤਵੇ ਦੀ ਹੁੰਦੀ ਹੈ, ਦੇਸੀ ਘਿਓ ਨਾਲ ਚੋਪੜੀ ਹੁੰਦੀ ਵਧੀਆ, ਦੇਸੀ ਘਿਓ ਨਾਲ ਚੋਪੜੀ। ਹਾਂਜੀ ਹਾਂਜੀ, ਸ਼ਨੀਵਾਰ ਨੂੰ ਕੜਾਹੀ ਪਨੀਰ ਹੁੰਦਾ, ਕਦੇ ਪਾਲਕ ਪਨੀਰ ਹੁੰਦਾ ਵਾ, ਪਨੀਰ ਦੀ ਆਈਟਮ ਬਦਲਦੇ ਰਹੀਦਾ। ਸਪੈਸ਼ਲ ਪਨੀਰ ਹੁੰਦਾ? ਹਾਂਜੀ ਹਾਂਜੀ ਹਾਂਜੀ, ਉਹ ਪਨੀਰ ਵਰਾਇਟੀ ਬਦਲਦੇ ਰਹਿੰਦੇ ਹਾਂ, ਅਤੇ ਇਹ ਆਪਣੀ ਲੋਕੇਸ਼ਨ ਜਿਹੜੀ ਹੈ ਰਾਜਗੁਰੂ ਨਗਰ ਮਾਰਕੀਟ ਦੇ ਵਿੱਚ ਆ, ਡਾਕਟਰ ਲਾਲਪੁਰ ਲੈਬ ਦੇ ਸਾਹਮਣੇ, ਨੀਅਰ ਸਿੰਧੀ ਬੇਕਰੀ। ਠੀਕ। ਹਾਂਜੀ, ਅਤੇ ਲਾਸਟ 'ਤੇ ਕੁਛ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਤਾਂ ਇੱਦਾਂ ਆ ਬਈ, ਜਿਹੜੇ ਵੀ ਆਪਣੇ ਪੰਜਾਬ ਦੇ ਨੌਜਵਾਨ ਆ, ਵੀ ਆਪਾਂ ਤਾਂ ਇਹ ਗੱਲ ਕਹਿਣਾ ਚਾਹੀਦਾ ਵੀ ਆਪਣੇ ਦੇਸ਼ ਦੇ ਰਹਿ ਕੇ ਕੰਮ ਕਰੋ, ਠੀਕ ਹੈ ਜੀ। ਪਹਿਲਾਂ ਸਟੈਪ ਆਪਣਾ ਉਰੇ ਲਓ, ਬਾਹਰ ਜਾਣ ਦੀ ਬਜਾਏ, ਤੁਹਾਨੂੰ ਵੀ ਪਤਾ ਅੱਜ ਦੇ ਟਾਈਮ 'ਚ ਬਾਹਰ ਕੋਈ ਕੰਮ ਨਹੀਂ, ਕੁਛ ਨਹੀਂ, ਇੰਨੀ ਮਿਹਨਤ ਆ ਉੱਥੇ, ਹੈ ਨਾ। ਆਪਣੇ ਦੇਸ਼ ਰਹਿ ਕੇ ਪਹਿਲਾਂ ਜੋ ਵੀ ਤੁਹਾਡਾ ਸਿਸਟਮ ਹੈ, ਆਪਣੇ ਦੇਸ਼ ਕਰੋ, ਜੇ ਨਹੀਂ ਹੁੰਦਾ ਤਾਂ ਤੁਹਾਡੇ ਕੋਲ ਅੱਗੇ ਹੋਰ ਆਪਸ਼ਨਸ ਹੈਗੀਆਂ ਨੇ, ਅਤੇ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ, ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਓ, ਬਾਹਰ ਜਾ ਕੇ ਉਹਨਾਂ ਦੀ ਇਕੋਨਮੀ ਨੂੰ ਵਧਾਉਣ ਤੋਂ ਬਿਨਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਓ, ਇਹੀ ਕਹਿਣਾ ਚਾਹੂੰਗਾ ਜੀ। ਸੋ ਦੋਸਤੋ, ਬਾਵਾ ਬਾਈ ਨਾਲ ਗੱਲ ਕੀਤੀ, ਬੜੇ ਵਧੀਆ ਉਹਨੇ ਗੱਲਾਂ ਦੱਸੀਆਂ, ਬਈ ਜੇਕਰ ਕੰਮ ਕਰਨਾ ਹੀ ਆ, ਬੰਦੇ ਦੀ ਨੀਤ ਹੋਣੀ ਚਾਹੀਦੀ ਆ, ਬਾਈ ਦੀ ਨੀਤ ਆ, ਇੱਥੇ ਆ ਕੇ ਕੰਮ ਕਰਦੇ ਨੇ, ਅਤੇ ਉਹਨਾਂ ਨੂੰ ਵਧੀਆ ਰਿਸਪੌਂਸ ਵੀ ਮਿਲ ਰਿਹਾ। ਬਾਹਰ ਜਾਣ ਦੀ ਲੋੜ ਨਹੀਂ ਹੁੰਦੀ, ਬਾਹਰ ਜਾਣ ਦੀ ਲੋੜ ਉਹਨੂੰ ਹੁੰਦੀ ਆ ਜਿਹਦਾ ਇੱਥੇ ਕੋਈ ਸਕੋਪ ਨਾ ਹੋਵੇ। ਜੇਕਰ ਪੰਜਾਬ ਦੇ ਮੁੰਡੇ ਇੱਧਰ ਵੀ ਕੰਮ ਕਰਨ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਪਵੇਗੀ। ਤੁਸੀਂ ਦੇਖ ਰਹੇ ਸੀ ਵਾਸ ਪੰਜਾਬੀ ਚੈਨਲ, ਮੈਂ ਗਗਨਦੀਪ ਸਿੰਘ ਕੈਮਰਾਮੈਨ ਜਸ਼ਨ ਦੇ ਨਾਲ।